ਇਹ ਕਿੱਦਾਂ ਦੋਸਤੋ, ਹੋਪ ਕਰਦਾ ਤੂੰ ਸਾਰੇ ਵਧੀਆ ਹੋਗੇ। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸ਼ੁਭ ਬਾਈ ਦੀ ਨਵੀਂ ਹੀਰੋ ਈਪੀ ਨੂੰ, ਤੇ ਆਪਾਂ ਉਹਦੇ ਚਾਰੋਂ ਟ੍ਰੈਕਸ ਨੂੰ ਫੁੱਲ ਐਕਸਪਲੇਨ ਕਰਾਂਗੇ ਤੇ ਸ਼ੁਭ ਬਾਈ ਨੇ ਆਦੀ ਹੀਰੋ ਈਪੀ ਦੇ ਵਿੱਚ ਕਿਨੂੰ ਕਿਨੂੰ ਡਿਸ ਕੀਤਾ ਉਹਨਾਂ ਬਾਰੇ ਵੀ ਡਿਸਕਸ ਕਰ ਲਾਂਗੇ, ਤੇ ਐਂਡ ਤੇ ਐਲਬਮ ਦਾ ਇੱਕ ਪ੍ਰੋਪਰ ਜਿਹਾ ਰਿਵਿਊ ਵੀ ਹੋਏਗਾ। ਤੇ ਆਪਾਂ ਬਿਨਾਂ ਟਾਈਮ ਖੋਟੇ ਦੇ ਵੀਡੀਓ ਨੂੰ ਸਟਾਰਟ ਕਰਨੇ ਆ। ਸਭ ਨਾਲ ਪਹਿਲਾਂ ਤਾਂ ਹੈਪੀ ਬਰਥਡੇ ਟੂ ਸਰਦਾਰ ਬਲਕੌਰ ਸਿੱਧੂ ਸਾਹਿਬ। ਸਿੱਧੂ ਮੂਸੇਵਾਲੇ ਬਾਈ ਦਾ ਗਾਣਾ ਵੀ ਔਨ ਦਾ ਵੇ ਹੀ ਹੈਗਾ, ਸੋਨ ਤੁਹਾਨੂੰ ਸਿੱਧੂ ਮੂਸੇਵਾਲੇ ਬਾਈ ਦੇ ਗਾਣੇ ਦਾ ਪੋਸਟਰ ਤੇ ਉਹਦੀ ਰਿਲੀਜ਼ ਡੇਟ ਦਾ ਵੀ ਪਤਾ ਲੱਗ ਜਾਏਗਾ। ਹੁਣ ਆਪਾਂ ਗੱਲ ਕਰ ਲੈਂਦੇ ਸ਼ੁਭ ਬਾਈ ਦੀ ਜੀਓ ਈਪੀ ਦੇ ਬਾਰੇ। ਜਿਵੇਂ ਕਿ ਸ਼ੁਭ ਬਾਈ ਨੇ ਸਰਪ੍ਰਾਈਜ਼ਿੰਗਲੀ ਈਪੀ ਅਨਾਉਂਸ ਕੀਤੀ, ਫਿਰ ਕੋਈ ਟਾਈਮ ਵੀ ਨਹੀਂ ਰੱਖਾ ਕਿ ਮੈਂ 2 ਦਿਨ ਬਾਅਦ ਛੱਡਾਂਗਾ 3 ਦਿਨ ਬਾਅਦ। ਉਹਨਾਂ ਨੇ ਕਿਹਾ ਅੱਜ ਰਾਤ ਨੂੰ ਹੀ ਈਪੀ ਆ ਜਾਣੀ ਆਲ ਪਲੇਟਫਾਰਮਸ ਤੇ। ਟੋਆ ਦੀ ਗਜ਼ਾ ਦੇ ਖਰੇ ਨਿਕਲੇ, ਉਹਨਾਂ ਨੇ ਸਪੋਟੀਫਾਈ ਤੇ ਐਵਰੀ ਆਡੀਓ 뮤직 ਸਟ੍ਰੀਮਿੰਗ ਪਲੇਟਫਾਰਮ ਤੇ ਈਪੀ ਨੂੰ ਰਿਲੀਜ਼ ਕਰਤਾ। ਜੀਓ ਈਪੀ ਦੇ ਨਾਮ ਦੇ ਪਿੱਛੇ ਦੀ ਰੀਜ਼ਨ ਇਹ ਹੈ ਕਿ ਸ਼ੁਭ ਬਾਈ ਅਗਸਤ ਬੋਰਨ ਹੈਗੇ ਨੇ, ਉਹਨਾਂ ਦਾ ਜ਼ੋਡਿਕ ਸਾਈਨ ਜੀਓ ਹੈਗਾ ਤੇ ਜੀਓ ਦਾ ਦੂਸਰਾ ਮੀਨਿੰਗ ਸ਼ੇਰ ਵੀ ਹੁੰਦਾ ਹੈ। ਸੋ 100% ਕਨਫਰਮ ਹੈ ਕਿ ਸ਼ੁਭ ਬਾਈ ਨੇ ਇਹਨੂੰ ਉੱਥੋਂ ਹੀ ਚੱਕਾ ਸੀ। ਦੇਖ ਟੈਲੀਵਿਜ਼ਨ ਇੰਨੀ ਉਸੇ ਫੈਲੀ ਨਹੀਂ, ਉਹ ਚੰਗੀ ਤਰ੍ਹਾਂ ਆਪਣੇ ਨਹੀਂ ਪੈ ਗਿਆ। ਫਿਰ ਈਪੀ ਦੀ 4 ਟ੍ਰੈਕਸ ਨੇ ਜਿਨ੍ਹਾਂ ਚੋਂ 3 ਗੈਂਗਸਟਾ ਵਾਈਬ ਤੇ 1 ਰੋਮਾਂਟਿਕ ਟ੍ਰੈਕ ਹੈ। ਨੈਣ ਤੇਰੇ ਚੈਨ ਮੇਰੇ ਈਪੀ ਦਾ ਪੋਸਟਰ ਸਿੱਧੂ ਮੂਸੇਵਾਲੇ ਬਾਈ ਦੇ ਵਾਚ ਆਊਟ ਵਾਲੇ ਤੇ ਸਿੱਧੂ ਮੂਸੇਵਾਲੇ ਬਾਈ ਦੇ ਇੰਟਰੋ ਦੀ ਐਨੀਮੇਸ਼ਨ ਤੋਂ ਉਹਨਾਂ ਦੀ ਜ਼ੀਓ ਜ਼ੋਡਿਕ ਸਾਈਨ ਤੋਂ ਰਿਜ਼ੈਂਬਲ ਕਰਕੇ ਸ਼ੇਰ ਹੀ ਬਣਾਇਆ ਗਿਆ। ਤੇ ਪੋਸਟਰ ਤੇ ਤੁਹਾਨੂੰ ਜ਼ਖਮੀ ਸ਼ੇਰ ਤੇ ਨਾਲ ਹਾਰੇ ਲਗੜ ਬੱਗੇ ਵੇਖਣ ਨੂੰ ਮਿਲਦੇ ਨੇ ਤੇ ਇੱਕ ਕੁੱਤਾ ਜਿਹਨੇ ਗਲ 'ਚ ਪਟਾ ਪਾਇਆ, ਜਾਂ ਕਾਈਂਡ ਆਫ ਉਹਨੂੰ ਬਿੱਚੀ ਕਹਿ ਸਕਦੇ ਜੇ, ਕਿਉਂਕਿ ਉਹਦੀ ਐਕਸਪਲੇਨੇਸ਼ਨ ਮੈਂ ਅੱਗੇ ਕਰਨਾ। ਨਿਊਜ਼ ਫੈਲੀ ਨਹੀਂ, ਉਹ ਚੰਗੀ ਤਰ੍ਹਾਂ ਆਪਣੇ ਨਹੀਂ ਪੈ ਗਿਆ ਇਹ ਸ਼ੋਰ। ਸਭ ਤੋਂ ਪਹਿਲੇ ਤਾਂ ਕਿੰਗ ਸ਼ੀਟ ਟ੍ਰੈਕ ਹੈਗੀ, ਇਹ ਇੱਕ ਕਾਈਂਡ ਆਫ ਡਿਸ ਟ੍ਰੈਕ ਹੈ, ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਸ਼ੁਭ ਬਾਈ ਨੂੰ ਖਾਲਿਸਤਾਨੀ ਕਿਹਾ ਸੀ। ਤੇ ਇਹਨਾਂ ਮਿਊਜ਼ਿਕ ਉਹੀ ਬੰਦੇ ਨੇ ਬਣਾਇਆ ਜਿਨ੍ਹਾਂ ਸ਼ੁਭ ਬਾਈ ਦੀ ਐਲੀਵੇਟਡ ਦੀ ਬੀਟ ਤਿਆਰ ਕੀਤੀ ਸੀ। ਗੁੱਡੀ ਸਿਖਰਾਂ ਤੇ ਜੱਟ ਦੀ ਉਤੋਂ ਜੱਟ ਤੋੜਾ ਪੱਟਨੀ। ਇਹਨਾਂ ਨਾਮ ਮੈਂ ਪ੍ਰੋਨਾਂਸ ਨਹੀਂ ਕਰਾਂਗਾ ਕਿਉਂਕਿ ਪੰਜਾਬੀ ਚ ਦਾ ਮਤਲਬ ਬਹੁਤ ਹੀ ਲੁੱਚਾ ਜਿਹਾ ਆਉਂਦਾ ਹੈ, ਸੋ ਇਹਨੂੰ ਆਪੇ ਪੜ੍ਹਦੇ ਆ ਜੇ। ਇੰਦਰ ਸ਼ੁਭ ਬਾਈ ਨੇ ਡਾਇਰੈਕਟਲੀ ਪੋਪ ਕੀਤਾ ਹੈ ਕੰਗਨਾ ਰਣਾਵਤ ਨੂੰ, ਤੇ ਸ਼ੁਭ ਬਾਈ ਦੀ ਲਾਈਨ ਅੰਦਰ ਜਾਂਦੀ ਕਿ ਬਾਰਦੀ ਫੇਮ ਤੇਰੀ ਮੂਵੀ ਕੋਈ ਨਾ ਚੱਲਦੀ, ਜਨਾਨੀ ਨੈਟ ਉੱਤੇ ਗਜ਼ਾ ਕਰਦੀ, ਇਸ ਟਾਈਪ ਦੀ ਰਾਈਮਿੰਗ ਕੀਤੀ ਗਈ। ਤੇਰੀ ਮੂਵੀ ਵੀ ਨਾ ਚੱਲਦੀ ਚਵਲ ਜਨਾਨੀ ਭੌਂਕੇ ਨੈਟ ਉੱਤੇ ਗੱਲਦੇ ਨੇ, ਜਿੰਦੇ ਚ ਨੋ ਡਾਊਟ ਕਿ ਸ਼ੁਭ ਬਾਈ ਨੇ ਟਾਰਗੇਟ ਕਰਕੇ ਕੰਗਨਾ ਰਣਾਵਤ ਨੂੰ ਸਬਲੀਮਿਨਲਸ ਦਿੱਤੇ ਨੇ, ਕਿਉਂਕਿ ਕੰਗਨਾ ਰਣਾਵਤ ਦੀ 2023 ਚ ਇੱਕ ਮੂਵੀ ਆਈ ਜਿਹਦਾ ਪ੍ਰੋਡਕਸ਼ਨ ਬਜਟ 70 ਕਰੋੜ ਸੀ, ਤੇ ਉਹ ਮੂਵੀ ਨੇ 2.something ਕਰੋੜ ਰੁਪਏ ਦਾ ਬਿਜ਼ਨਸ ਕੀਤਾ ਸੀ ਬਾਕਸ ਆਫਿਸ ਤੇ, ਸੋ ਇੱਕ ਫਲੌਪ ਤਰੀਰ ਮੂਵੀ ਸਾਬਤ ਹੋਈ ਸੀ। ਤੇ ਖਾਲਿਸਤਾਨੀਆਂ ਨੂੰ ਟ੍ਰੋਲ ਵੀ ਹੋਈ ਜ਼ਿਆਦਾ ਕਰਦੀ ਨੈਟ ਤੇ ਬੈਕ ਗੱਲਾਂ ਮਾਰ ਸਕਦੀ, ਤੇ ਕਿਉਂਕਿ ਉਹਨੇ ਦਿਲਜੀਤ ਦੋਸਾਂ ਬਾਈ ਤੇ ਸਿੱਧੂ ਮੂਸੇਵਾਲੇ ਬਾਈ ਨੂੰ ਵੀ ਬੜਾ ਪੋਕ ਕੀਤਾ ਸੀ, ਤੇ ਸ਼ੁਭ ਬਾਈ ਨੇ ਉਹਨੂੰ ਡਾਇਰੈਕਟਲੀ ਭੇਜ ਦਿੱਤਾ ਚਵਲ ਜਨਾਨੀ ਜਿਹੜਾ ਉਹਨਾਂ ਦੇ ਪੋਸਟਰ ਤੇ ਵਿੱਚ ਨਜ਼ਰ ਆ ਰਹੀ ਹੈ। ਉਹਦੇ ਗੱਲ ਦੇ ਵਿੱਚ ਜਿਹੜਾ ਪਟਾ ਪਾਇਆ ਉਹਦੇ ਤੇ ਵੀ ਕੇ ਲਿਖਿਆ ਜਿੱਤੂ ਕਈ ਸ਼ੁਭ ਬਾਈ ਦੇ ਫੈਨਸ ਨੂੰ ਇੰਡੀਕੇਟ ਕਰ ਰਹੇ ਹਨ ਕਿ ਇਹ ਵੀ ਉਹਨਾਂ ਨੇ ਕੰਗਨਾ ਰਣਾਵਤ ਵਾਸਤੇ ਲਿਖਿਆ ਚਵਲ ਜਨਾਨੀ। ਆਪਾਂ ਵਧਨੇ ਈਪੀ ਦੇ ਨੈਕਸਟ ਸੌਂਗ ਦੇ ਵੱਲ, ਜੋ ਕਿ ਇੱਕ ਰੋਮਾਂਟਿਕ ਸੌਂਗ ਹੈ। ਇਹਦਾ ਟਾਈਟਲ ਹੈ ਯੂ ਐਂਡ ਮੀ। ਇਹਦੀ ਕੰਪੋਜੀਸ਼ਨ, ਇਹਦੇ ਲਿਰਿਕਸ, ਇਹਦੀ ਲਾਈਨਾਂ ਬਹੁਤ ਹੀ ਸਿੱਕ ਨੇ, ਸਪੈਸ਼ਲੀ ਸ਼ੁਭ ਬਾਈ ਦਾ ਫਲੋ ਇਹਨਾਂ ਤੇ ਬਹੁਤ ਹੀ ਜੱਚ ਰਿਹਾ ਹੈ। ਇਹ ਗਾਣੇ ਦੀ ਵਾਈਬ ਆਪਾਂ ਨੂੰ ਟਿਪੀਕਲ ਅਮਰਿੰਦਰ ਗਿੱਲ ਦੇ ਓਲਡ ਸੌਂਗ ਦੇ ਵਾਂਗ ਲੱਗਦੀ, ਬਟ ਉਹਨਾਂ ਤੇ ਅਗਰ ਨਵੀਂ ਬੀਟ ਅਪਲਾਈ ਕਰਤੀ ਜਾਵੇ। ਇਸ਼ਕ ਹੋ ਗਿਆ ਓਵਰਆਲ ਇਹ ਟ੍ਰੈਕ ਬਹੁਤ ਹੀ ਸਿੱਕ ਹੈਗੀ, ਤੇ ਰੋਮਾਂਟਿਕ ਤੇ ਲਵ ਬਰਡਸ ਟਾਈਪ ਬੰਦੇ ਇਹਨੂੰ ਹੁਣ ਤੱਕ ਯੂਟਿਊਬ ਤੇ ਲਾ ਕੇ ਸੁਣ ਰਹੇ ਹੋਣਗੇ, ਕਿਉਂਕਿ ਇਹ ਟ੍ਰੈਕ 1 ਲਵ ਤੇ 9 ਲਵ ਦੇ ਵਾਂਗ ਹੀ ਸਿਮਿਲਰ ਵਾਈਬ ਕਰ ਰਹੀ ਹੈ। ਨੈਣ ਤੇਰੇ ਚੈਨ ਮੇਰੇ ਲੁੱਟਦੇ ਰਹਿਣ ਰਕਾਨੇ। ਗੋਇੰਗ ਨੈਕਸਟ, ਸ਼ੁਭ ਦੀ ਈਪੀ ਦੇ 3rd ਸੌਂਗ ਨੂੰ ਆਪਾਂ ਡਿਸਕਸ ਕਰ ਲਈਏ ਜਿਹਦਾ ਟਾਈਟਲ ਹੈ ਸੇਫਟੀ ਆਫ। ਇਹ ਟ੍ਰੈਕ ਹੈ ਜਸਟ ਸ਼ੁਭ ਬਾਈ ਸਪਿਟਿੰਗ ਫੈਕਟਸ, ਕਿਉਂਕਿ ਇਹ ਟ੍ਰੈਕ ਦੇ ਵਿੱਚ ਸ਼ੁਭ ਬਾਈ ਨੇ ਓਵਰਆਲ ਬਾਲੀਵੁੱਡ ਨੂੰ ਡਾਇਰੈਕਟਲੀ ਬਾਲੀਵੁੱਡ ਦੀ ਧੌਣ ਤੇ ਰੱਖੀ ਲਤ ਨਹੀਂ ਤੇ ਇਨਡਾਇਰੈਕਟਲੀ ਵਿਰਾਟ ਕੋਹਲੀ ਨੂੰ ਵੀ ਪੋਕ ਕੀਤਾ ਹੈ। ਮਾੜੇ ਟਾਈਮ ਤੇ ਗਏ ਸੀ ਜਿਹੜੇ ਭੱਜ ਨਹੀਂ ਸਾਰੇ ਦੇ ਸਾਰੇ ਦੋਗ ਲਏ, ਤੇ ਆਦੇ ਆਈਡੀਅਲ ਪੰਜਾਬੀ ਇੰਡਸਟਰੀ ਦੇ ਕਿੰਗ ਨੂੰ ਵੀ ਫਾਲੋ ਕਰਦੇ, ਉਹਨਾਂ ਨੇ ਬਿਨਾਂ ਡਰੇ ਬਾਲੀਵੁੱਡ ਨੂੰ ਪੇਜ ਦਿੱਤਾ, ਕਿਉਂਕਿ ਸਿੱਧੂ ਮੂਸੇਵਾਲੇ ਬਾਈ ਨੂੰ ਪਹਿਲੇ ਕਹਿੰਦੇ ਹੁੰਦੇ ਸੀ ਬਾਲੀਵੁੱਡ ਫਲਾਨਾ ਧਮਕਾ, ਬਾਲੀਵੁੱਡ ਦੀ ਢੂਹੀ ਨਹੀਂ ਮਾਰੀ ਅਸੀਂ ਕਿਸੇ ਨੇ, ਠੀਕ ਹੈ ਨਾ, ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ। ਫਿਰ ਉਹਨਾਂ ਦੀ ਇੱਕ ਇਹ ਲਾਈਨ ਆਦਿ, ਸਾਡੀ ਹਾਰ ਵੀ ਜਿੱਤੀ ਲੱਗਦੀ ਹੈ, ਤੇ ਇਹ ਸ਼ੁਭ ਬਾਈ ਨੇ ਆਦੇ ਇੰਡੀਆ ਟੂਰ ਦੀ ਕੈਂਸਲੇਸ਼ਨ ਦੇ ਬਾਰੇ ਗੱਲ ਕੀਤੀ ਹੈ ਕਿ ਜਦੋਂ ਉਹਨਾਂ ਦਾ ਇੰਡੀਆ ਟੂਰ ਕੈਂਸਲ ਹੋਇਆ ਸੀ ਤੇ ਹੇਟਰਸ ਨੇ ਆਦੇ ਜਾਣੇ ਸ਼ੁਭ ਬਾਈ ਨੂੰ ਹਰਾ ਦਿੱਤਾ ਸੀ, ਬਟ ਐਟ ਦ ਸੇਮ ਟਾਈਮ ਸ਼ੁਭ ਦੇ ਮੋਸਟ ਆਫ ਦ ਸੌਂਗ ਦਿੱਲੀ, ਮੁੰਬਈ ਤੇ ਇੰਡੀਆ ਦੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦਿਨਾਂ ਦੇ ਜੀ ਟ੍ਰੈਂਡ ਕਰਨ ਲੱਗ ਗਏ ਸੀ, ਤੇ ਸ਼ੁਭ ਬਾਈ ਦੇ ਫਾਲੋਅਰਸ ਵੀ ਸਡਨਲੀ ਬੂਸਟ ਹੋ ਗਏ ਸਨ ਜਿਨ੍ਹਾਂ ਨੇ ਆਦੇ ਜਾਣੇ ਸ਼ੁਭ ਬਾਈ ਨੂੰ ਹਰਾਇਆ ਸੀ। ਓਰਿਜਨਲੀ ਸ਼ੁਭ ਬਾਈ ਉਸ ਟਾਈਮ ਜਿੱਤ ਚੁੱਕੇ ਸਨ ਤੇ ਉਹਨਾਂ ਨੇ ਇਹ ਲਾਈਨ ਦੇ ਵਿੱਚ ਬੜੇ ਸਟੈਟਿਕ ਤਰੀਕੇ ਨਾਲ ਉਹ ਗੱਲ ਨੂੰ ਕਵਰ ਕੀਤਾ। ਸਾਡੀ ਹਾਰ ਵੀ ਉਹ ਲੱਗੇ ਜਿੱਤ ਨਹੀਂ, ਲਾਕਡਾਊਨ ਫਾਲ ਵੀ ਤੇ ਚੱਲੇ ਹਿੱਟ। ਫਿਰ ਸ਼ੁਭ ਬਾਈ ਦੀ ਐਂਡ ਵਾਲੀ ਟ੍ਰੈਕ ਆ ਜਾਂਦੀ ਹੁਡ ਐਂਥਮ, ਇਹ ਵੀ ਇੱਕ ਸਿੰਪਲੀ ਬੂਮ ਬੈਪ ਟਾਈਪ ਦੀ ਬੀਟ ਤੇ ਬਣਾਈ ਗਈ ਟ੍ਰੈਕ ਹੈ। ਇਹਦੇ ਚ ਆਪਾਂ ਸ਼ੁਭ ਬਾਈ ਦੀ ਓਲਡ ਵਾਈਬਸ ਵੇਖਣ ਨੂੰ ਮਿਲਦੀਆਂ ਨੇ, ਉਹਨਾਂ ਦੇ ਲਿਰਿਕਸ ਦੇ ਵਿੱਚ ਓਲਡ ਟੱਚ ਆਉਂਦਾ ਹੈ। ਇਹਦੇ ਵਿੱਚ ਵੀ ਸ਼ੁਭ ਬਾਈ ਜਸਟ ਆਦੇ ਲਾਈਫ ਸਟਾਈਲ ਨੂੰ ਤੇ ਆਦੀ ਕੈਜੂਅਲ ਰੂਟੀਨ ਨੂੰ ਲਿਰਿਕਸ ਦੇ ਵਿੱਚ ਡਿਸਕ੍ਰਾਈਬ ਕਰ ਰਹੇ ਨੇ। ਕਾਲੇ ਸਾਡੇ ਬਾਣੇ ਬਾਣੇ
ਨੇ ਗਾਏ ਨੇ ਉਹੀ ਹੈ ਗਾਣਾ ਨੂੰ ਦੁਬਾਰਾ ਲੂਪ ਤੇ ਲਾ ਕੇ ਸੁਣਨਗੇ ਸੋ ਓਵਰਆਲ ਈਪੀ ਇਜ਼ ਫਾਇਰ ਮਤਲਬ ਵਿੱਚ ਚਾਰ ਟਰੈਕਸ ਨੇ ਤੇ ਚਾਰੋਂ ਦੇ ਚਾਰੋਂ ਹੀ ਸਿੱਕ ਨੇ ਤੇ ਇੱਕ ਅਨਦਰ ਲੈਵਲ ਤੇ ਲੈ ਜਾਂਦੀਆਂ ਨੇ 뮤직 ਨੂੰ ਸਿਰ ਤੇ ਬਿਠਾਏ ਵੈਲੀ ਨੇ ਰੱਖੀ ਮੱਕ ਸਿੱਕਿਆਂ ਦੀ ਗੈਂਗ ਕਹਿਲੀ ਨੇ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਅਜੇ ਮਿਲਨੇ ਆਪਾਂ ਕਿਸੇ ਨੈਕਸਟ ਵੀਡੀਓ ਤਦ ਤੱਕ ਲਵ ਯੂ ਗਾਇਜ਼।